ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣੀ ਹੈਰੀਟੇਜ ਸਟਰੀਟ ਦੇ ਵਿੱਚ ਲੱਗੇ ਬੁੱਤਾਂ ਨੂੰ ਢਾਉਣ ਦਾ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ 8 ਸਿੱਖ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤਾ ਗਿਆ। ਇਹ ਕਹਿਣਾ ਇਹ ਸਿੱਖ ਜਥੇਬੰਦੀਆਂ ਦਾ, ਜਿਨ੍ਹਾਂ ਦਾ ਕਹਿਣਾ ਸੀ ਕਿ ਇਹਨਾਂ ਨੌਜਵਾਨਾਂ ਦੇ ਉੱਤੇ ਬੁੱਤਾਂ ਨੂੰ ਤੋੜਨ ਦੇ ਚੱਲਦਿਆਂ 307 ਦਾ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਇਰਾਦਾ ਕਤਲ ਹੈ। ਇਸ ਕਰਕੇ ਬੁੱਤਾਂ ਨੂੰ ਤੋੜਨ ਦੇ ਸੰਬੰਧ ਦੇ ਵਿੱਚ ਅਜਿਹੀ ਕੋਈ ਵੀ ਧਾਰਾ ਕਾਨੂੰਨ ਦੀ ਸਿੱਧੇ ਤੌਰ ਦੇ ਵਿੱਚ ਦੁਰਵਰਤੋਂ ਦੀ ਉਦਾਹਰਣ ਸਾਹਮਣੇ ਆਉਂਦੀ ਹੈ। ਤੇ ਇਸ ਸੰਬੰਧ ਦੇ ਵਿੱਚ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਦੀ ਵੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਇਸ ਸੰਘਰਸ਼ ਦੇ ਚੱਲਦਿਆਂ 22 ਤਰੀਕ ਨੂੰ ਇੱਕ ਮੀਟਿੰਗ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਵਿੱਚ ਰੱਖੀ ਗਈ ਹੈ, ਜਿੱਥੇ ਰਣਨੀਤੀ ਬਣਾਈ ਜਾਵੇਗੀ ਕਿ ਆਖਿਰਕਾਰ ਇਹਨਾਂ ਬੂਤਾਂ ਨੂੰ ਉੱਥੋਂ ਕਿਵੇਂ ਹਟਾਇਆ ਜਾਵੇ ਤੇ ਨੌਜਵਾਨਾਂ ਨੂੰ ਕਿਵੇਂ ਰਿਹਾ ਕਰਵਾਇਆ ਜਾਵੇ। ਇਸ ਮੀਟਿੰਗ ਦੇ ਵਿੱਚ ਲੱਖਾ ਸਿਧਾਣਾ ਅਤੇ ਬਲਦੇਵ ਸਿੰਘ ਮੌਜੂਦ ਰਹੇ। ਲੱਖਾ ਸਿਧਾਣਾ ਦਾ ਕੀ ਕੁਝ ਕਹਿਣਾ ਰਿਹਾ ਪਹਿਲਾਂ ਉਹ ਸੁਣਾ ਦਿੰਦੇ ਹਾਂ। ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਇਹ ਤੈਅ ਹੋਇਆ ਕਿ 22 ਤਰੀਕ ਦੀ ਇੱਕ ਮੀਟਿੰਗ ਰੱਖੀ ਗਈ ਹੈ, ਉਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਵੱਖ ਵੱਖ ਉਹਨਾਂ ਨੂੰ ਸੱਦਾ ਦਿੱਤਾ ਗਿਆ ਤਾਂ ਕਿ ਸਾਰਿਆਂ ਦੀ ਜਿਹੜੀ ਰਾਏ ਸਾਰਿਆਂ ਨਾਲ ਮਸ਼ਵਰਾ ਕਰਕੇ ਅਤੇ ਉਹ ਬੁੱਤਾਂ ਨੂੰ ਕਿਵੇਂ ਚੱਕਣਾ ਹੈ, 307 ਜਿਹੜੀ ਨਜਾਇਜ਼ ਇੱਕ ਧਾਰਾ ਲਾਈ ਗਈ ਨੌਜਵਾਨਾਂ 'ਤੇ ਉਹਨੂੰ ਕਿਵੇਂ ਰੱਦ ਕਰਾਉਣਾ, ਸਾਰੀਆਂ ਗੱਲਾਂ ਕਰਕੇ ਅੱਜ ਇਹ ਇੱਥੇ ਮੀਟਿੰਗ ਹੋਈ ਹੈ। ਅਤੇ ਅਗਲਾ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਗੁਰਦੁਆਰਾ ਸੰਤੋਖਸਰ ਸਾਹਿਬ ਦਾ, ਉਹ 22 ਤਰੀਕ ਦਾ ਪ੍ਰੋਗਰਾਮ ਹੈਗਾ। ਉਹਦੇ ਵਿੱਚ ਰੇਲਵੇ ਸਟੇਸ਼ਨ ਦੀ ਗੱਲ ਵੀ ਹੈਗੀ ਹੈ, ਰੇਲਵੇ ਸਟੇਸ਼ਨ ਨੂੰ ਢਾਹ ਕੇ ਜਿਹੜਾ ਇਹ ਕਹਿੰਦੇ ਕਿ ਅਸੀਂ ਉਹਨੂੰ ਦਿੱਖ ਨਵੀਂ ਦੇਣੀ ਹੈ, ਕਮਲ ਦੇ ਫੁੱਲ ਦੀ ਦਿੱਖ ਦੇਣੀ ਹੈ। ਜਲ੍ਹਿਆਂਵਾਲੇ ਬਾਗ ਦੇ ਅੱਗੇ ਲੱਗਿਆ ਹੋਇਆ ਬੁੱਤ ਸਰਦਾਰ ਸ਼ਹੀਦ ਊਧਮ ਸਿੰਘ ਦਾ, ਤਾਂ ਉਹਨੂੰ ਇਹਨਾਂ ਨੇ ਢਕਤਾ ਕਮਰਾ ਪਾ ਕੇ, ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਇੱਥੇ ਵਿਚਾਰੀਆਂ ਗਈਆਂ ਵੱਖ ਵੱਖ ਜਥੇਬੰਦੀਆਂ ਵੱਲੋਂ। ਤਾਂ ਇਹਦੇ ਲਈ ਇੰਨਾ ਇਹ ਹੋਇਆ ਕਿ ਅੱਜ ਬਹੁਤ ਜਥੇਬੰਦੀਆਂ ਪਹੁੰਚ ਨਹੀਂ ਸਕੀਆਂ, ਕਿਉਂਕਿ ਸੁਨੇਹੇ ਨਹੀਂ ਲੱਗੇ, ਕਈ ਕਾਰਨ ਰਹੇ ਨੇ। ਸਰ 22 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨੂੰ ਸੁਨੇਹੇ ਲੱਗ ਕੇ ਅਤੇ ਅਗਲਾ ਜਿਹੜਾ ਕੋਈ ਵੀ ਪ੍ਰੋਗਰਾਮ ਦੇਣਾ ਹੈ ਤਾਂ 22 ਤਰੀਕ ਨੂੰ ਹੀ ਦਿੱਤਾ ਜਾਵੇਗਾ। ਉਧਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਬਲਦੇਵ ਸਿੰਘ ਨੇ ਵੀ ਆਪਣਾ ਪੱਖ ਰੱਖਿਆ। ਉਹਨਾਂ ਕਿਹਾ ਕਿ ਹੁਣ ਉਹਨਾਂ ਦੇ ਵੱਲੋਂ ਭਾਜਪਾ ਦੇ ਚਿੰਨ੍ਹ ਦੇ ਤਹਿਤ ਬਣਨ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਪੁਰਾਤਨ ਦਿੱਖ ਨੂੰ ਬਦਲਣ ਦੇ ਮਾਮਲੇ ਨੂੰ ਵੀ ਅੱਗੇ ਲਿਆਂਦਾ ਜਾਵੇਗਾ ਤੇ ਜੇਕਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਾਲ ਕੋਈ ਵੀ ਛੇੜਛਾੜ ਹੋਈ ਤਾਂ ਸਿੱਖ ਜਥੇਬੰਦੀਆਂ ਇਸ ਸੰਬੰਧ ਵਿੱਚ ਕਰੜਾ ਵਿਰੋਧ ਕਰਨਗੀਆਂ। ਜਿਹੜਾ ਸਾਰਿਆਂ ਦੇ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਦੇ ਸੰਬੰਧ ਜਿਹੜੇ ਬੁੱਤ ਤੋੜੇ ਗਏ ਨੇ, ਜਿਹਨਾਂ ਨੌਜਵਾਨਾਂ ਦੇ ਸੰਬੰਧ ਵਿੱਚ ਪਹਿਲਾਂ ਵੀ ਇੱਕ ਮੀਟਿੰਗ ਜਿਹੜੀ ਆ ਗੁਰਦੁਆਰਾ ਸੰਤੋਖਸਰ ਸਾਹਿਬ ਹੋਈ ਹੈ, ਦੁਬਾਰਾ ਫਿਰ 22 ਤਰੀਕ ਨੂੰ ਗੁਰਦੁਆਰਾ ਸੰਤੋਖਸਰ ਸਾਹਿਬ 12 ਵਜੇ ਉੱਥੇ ਮੀਟਿੰਗ ਰੱਖੀ ਗਈ ਹੈ। ਕਿਉਂਕਿ ਕੁਛ ਜਥੇਬੰਦੀਆਂ ਜਿਸ ਤਰ੍ਹਾਂ ਕਿ ਉਸ ਦਿਨ ਆਈਆਂ ਸਨ ਅਤੇ ਸਾਨੂੰ ਨਹੀਂ ਸੀ ਪਤਾ, ਅੱਜ ਦੀ ਮੀਟਿੰਗ ਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਪਹੁੰਚ ਚੁੱਕੀਆਂ ਹਨ, ਪਰ ਫਿਰ ਵੀ ਇੱਕ ਤਾਂ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਉਹਨਾਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ, ਅਤੇ ਜਿਹੜੀਆਂ ਪਹਿਲੀ ਜਥੇਬੰਦੀ ਮੀਟਿੰਗ ਵਿੱਚ ਜਾਂ ਅੱਜ ਵਾਲੀ ਮੀਟਿੰਗ 'ਚ ਜਿਹੜੇ ਨਹੀਂ ਆਏ ਉਹਨਾਂ ਨੂੰ ਖੁੱਲ੍ਹਾ ਸੱਦਾ ਪੱਤਰ ਦੇ ਕੇ ਅਤੇ ਅਸੀਂ 22 ਤਰੀਕ ਸੰਤੋਖਸਰ ਸਾਹਿਬ 12 ਵਜੇ ਮੀਟਿੰਗ ਰੱਖੀ ਆ। ਉਸ ਮੀਟਿੰਗ ਦੇ ਵਿੱਚ ਅਗਲਾ ਜਿਹੜਾ ਪ੍ਰੋਗਰਾਮ ਉਹ ਸਾਰਿਆਂ ਦੇ ਨਾਲ ਰਹਿ ਮਸ਼ਵਰਾ ਕਰਕੇ ਕੀਤਾ ਜਾਵੇਗਾ ਕਿ ਇਹ ਜਿਹੜੇ ਬੁੱਤ ਨੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਥੋਂ ਜਿਹੜਾ ਉਹ ਹਟਾਇਆ ਜਾਵੇ, ਕਿਸ ਤਰ੍ਹਾਂ ਦਾ ਐਕਸ਼ਨ ਕਰਨਾ, ਨੌਜਵਾਨਾਂ ਦੀ ਰਿਹਾਈ ਔਰ ਇਹਦੇ ਨਾਲ ਜਿਹੜਾ ਕਿ ਰੇਲਵੇ ਸਟੇਸ਼ਨ ਦੀ ਪੁਰਾਣੀ ਸਿੱਖ ਵਿਰਸੇ ਨਾਲ ਜੁੜੀ ਹੋਈ ਦਿੱਖ ਨੂੰ ਉੱਥੋਂ ਖਤਮ ਕਰਕੇ ਉੱਥੇ ਕਮਲ ਦੇ ਫੁੱਲ ਨੂੰ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ, ਔਰ ਇਹਦੇ ਨਾਲ ਹੀ ਜੋ ਕਿ ਜਲ੍ਹਿਆਂਵਾਲਾ ਬਾਗ ਦਾ ਮਸਲਾ ਉਹ ਵੀ ਬੜਾ ਵੱਡਾ ਹੈ, ਜਿੱਥੇ ਇਹਨਾਂ ਨੇ ਊਧਮ ਸਿੰਘ ਦੇ ਬੁੱਤ ਦੇ ਸਾਹਮਣੇ ਇੱਕ ਕਮਰਾ ਬਣਾ ਕੇ ਉੱਥੇ ਜਿਹੜਾ ਕੇਂਦਰ ਸਰਕਾਰ ਨੇ ਇੱਕ ਜਿਹੜੇ ਉੱਥੇ ਵੇਖਣ ਵਾਸਤੇ ਜਲ੍ਹਿਆਂਵਾਲੇ ਬਾਗ ਆਉਣੇ ਨੇ ਆ ਰਹੇ ਨੇ ਲੋਕ, ਉਹਨਾਂ ਤੋਂ ਜਜ਼ੀਆ ਕਰਾਉਣਾ ਸ਼ੁਰੂ ਕਰ ਦਿੱਤਾ ਹੈ, ਉਹਨੂੰ ਰੋਕਣ ਵਾਸਤੇ ਜਿਹੜਾ ਇਹਨਾਂ ਬਹਿਰਹਾਲ ਵੇਖਣਾ ਹੋਵੇਗਾ ਕਿ ਆਖਿਰਕਾਰ ਇਹਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਦਾ ਸਰਕਾਰ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ ਹੈ।
ਦ ਸਟੇਟ ਨਿਊਜ਼ ਦੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੋਨੂ ਨਰੂਲਾ ਦੀ ਰਿਪੋਰਟ।